ਤੁਸੀਂ ਆਪਣਾ ਖੁਦ ਦਾ ਗਾਣਾ ਰਿਕਾਰਡ ਕਰਵਾਉਣਾ ਚਾਹੁੰਦੇ ਹੋ ਤੇ YouTube ਤੇ ਬਹੁਤ ਸਾਰੀਆਂ ਵੀਡੀਓਜ਼ ਵੇਖ ਚੁੱਕੇ ਹੋ ਪਰ ਕਿਸੇ ਨੇ ਵੀ ਸਿੰਪਲ ਤਰੀਕੇ ਨਾਲ ਨਹੀਂ ਸਮਝਾਇਆ ਕਿ ਇਹਦਾ ਪੂਰਾ ਪ੍ਰੋਸੈਸ ਕੀ ਹੁੰਦਾ ਹੈ ਤੁਸੀਂ ਬਿਲਕੁਲ ਸਹੀ ਵੀਡੀਓ ਤੇ ਆਇਓ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਇੱਕ ਗਾਣੇ ਰਿਕਾਰਡ ਕਰਾਉਣ ਦਾ ਕੀ ਪ੍ਰੋਸੈਸ ਹੁੰਦਾ ਹੈ ਤੇ ਉਹ ਘੱਟ ਤੋਂ ਘੱਟ ਬਜਟ ਦੇ ਵਿੱਚ ਕਿੰਨਾ ਰਿਕਾਰਡ ਕਰਵਾਈਏ ਆਪਾਂ ਇਸ ਵੀਡੀਓ ਦੇ ਵਿੱਚ ਸਟੈਪ ਬਾਈ ਸਟੈਪ ਸਾਰੀਆਂ ਚੀਜ਼ਾਂ ਕਲੀਅਰ ਕਰਦੇ ਜਾਵਾਂਗੇ ਇੱਕ ਗਾਣੇ ਨੂੰ ਲਿਖਣ ਤੋਂ ਲੈ ਕੇ ਵੀਡੀਓ ਰਿਲੀਜ਼ ਕਰਨ ਤੱਕ ਆਪਾਂ ਸਾਰਾ ਪ੍ਰੋਸੈਸ ਜਾਣਾਂਗੇ ਸੋ ਆਓ ਵੀਡੀਓ ਸ਼ੁਰੂ ਕਰਦੇ ਹਾਂ तू घंटी बिग बैंग दी लंदन ठुमकदा ਆਪਾਂ ਇਹ ਗੱਲਾਂ ਤਾਂ ਆਮ ਹੀ ਸੁਣਦੇ ਰਹਿੰਦੇ ਆ ਕਿ ਇੱਕ ਵਧੀਆ ਸਿੰਗਰ ਬਣਨ ਲਈ ਵੱਡੇ ਲੈਵਲ ਤੋਂ ਗਾਣਾ ਰਿਲੀਜ਼ ਹੋਣਾ ਜ਼ਰੂਰੀ ਹੈ ਨਹੀਂ ਤਾਂ ਉਹ ਲੋਕਾਂ ਤੱਕ ਪਹੁੰਚੂਗਾ ਹੀ ਨਹੀਂ ਆਪਾਂ ਇਹ ਵੀ ਜਾਣਦੇ ਆ ਕਿ ਵੱਡੇ ਵੱਡੇ ਲੈਵਲ ਤੋਂ ਗਾਣਾ ਰਿਕਾਰਡ ਕਰਾਉਣਾ ਆਪਣੇ ਵੱਸ ਦੀ ਗੱਲ ਨਹੀਂ ਹੈ ਅੱਜ ਕੱਲ ਦੇ ਟਾਈਮ ਦੇ ਵਿੱਚ ਹਰ ਛੋਟੀ ਛੋਟੀ ਚੀਜ਼ ਦਾ ਪੈਸਾ ਲੱਗਦਾ ਹੈ ਜਿਵੇਂ ਕਿ ਰਾਈਟਰ ਕੈਮਰਾਮੈਨ ਡਾਇਰੈਕਟਰ ਵੀਡੀਓ ਐਡੀਟਰ ਇਹਨਾਂ ਸਭ ਦੇ ਵੱਖ-ਵੱਖ ਕੰਮ ਹੁੰਦੇ ਨੇ ਤੇ ਆਪਾਂ ਨੂੰ ਵੱਖ-ਵੱਖ ਪੇ ਕਰਨਾ ਪੈਂਦਾ ਪਰ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਇਸ ਵੀਡੀਓ ਦੇ ਵਿੱਚ ਆਪਾਂ ਘੱਟ ਤੋਂ ਘੱਟ ਬਜਟ ਵਿੱਚ ਕਿਵੇਂ ਗਾਣਾ ਰਿਕਾਰਡ ਕਰਾ ਸਕਦੇ ਹਾਂ ਇਸ ਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੇਰੀ ਸਲਾਹ ਇਹੀ ਹੈ ਕਿ ਤੁਸੀਂ ਆਪਣੇ ਆਪ ਨੂੰ ਪਹਿਚਾਣੋ ਕਿ ਤੁਸੀਂ ਇੱਕ ਰਾਈਟਰ ਦੇ ਵਿੱਚ ਆਪਣੀ ਪਹਿਚਾਣ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਇੱਕ ਸਿੰਗਰ ਦੇ ਤੌਰ ਤੇ ਸੋ ਪਹਿਲਾਂ ਗੱਲ ਕਰਦੇ ਹਾਂ ਕਿ ਇੱਕ ਵਧੀਆ ਸਿੰਗਰ ਦੀ ਪਹਿਚਾਣ ਕੀ ਹੁੰਦੀ ਹੈ ਦੇਖੋ ਸਿੰਗਿੰਗ ਤਾਂ ਸਾਰੇ ਹੀ ਕਰ ਲੈਂਦੇ ਨੇ ਇੱਕ ਵਧੀਆ ਸਿੰਗਰ ਦੀ ਪਹਿਚਾਣ ਇਹੀ ਹੁੰਦੀ ਹੈ ਕਿ ਉਹਨੂੰ ਵਧੀਆ ਲਿਰਿਕਸ ਚੁਣਨੇ ਆਉਂਦੇ ਨੇ ਤੁਹਾਨੂੰ ਪਹਿਲਾਂ ਗਾਣੇ ਦੇ ਬੋਲ ਚੁਣਨੇ ਤੇ ਉਹਦੀ ਪਹਿਚਾਣ ਕਰਨੀ ਆਉਣੀ ਜ਼ਰੂਰੀ ਹੈ ਮੈਨੂੰ ਜ਼ੂਸ ਬਾਈ ਨੇ ਗਾਣਾ ਭੇਜਿਆ ਸੀਗਾ ਬਾਈ ਮੈਨੂੰ ਕਹਿੰਦਾ ਨਸੀਬ ਬੀ ਸਪੈਸਿਫਿਕ ਅਮਨਿੰਦਰ ਗਿੱਲ ਕਹਿੰਦਾ ਇਹ ਜੀ ਸ਼ਖਸੀਅਤ ਆ ਜੇ ਉਹਨੂੰ ਤੇਰੇ ਅੱਖਰ ਨਾ ਵਧੀਆ ਲੱਗੇ ਵੀ ਉਹ ਬਹੁਤ ਸਪੈਸਿਫਿਕ ਆ ਤੇ ਸਟ੍ਰਿਕਟ ਆ ਅੱਖਰਾਂ ਦੇ ਮਾਮਲੇ 'ਚ ਕਹਿੰਦਾ ਲਿਖਾਰੀਆਂ ਦਾ ਰੌਣ ਕਢਾਉਂਦਾ ਬਈ ਅੱਖਰਾਂ ਵਿੱਚ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਕੱਲ ਹਰੇਕ ਚੀਜ਼ ਦੇ ਵਿੱਚ ਕੰਪੀਟੀਸ਼ਨ ਹੈ ਉਵੇਂ ਹੀ ਪੰਜਾਬੀ ਗਾਣਿਆਂ ਦੇ ਲਿਰਿਕਸ ਦੇ ਵਿੱਚ ਵੀ ਜ਼ਿਆਦਾ ਕੰਪੀਟੀਸ਼ਨ ਹੈ ਜਾਂ ਤਾਂ ਤੁਸੀਂ ਗਾਣਾ ਖੁਦ ਲਿਖ ਸਕਦੇ ਹੋ ਤੇ ਜਾਂ ਫਿਰ ਕਿਸੇ ਆਪਣੇ ਯਾਰ ਦੋਸਤ ਤੋਂ ਲੈ ਸਕਦੇ ਹੋ ਜੇਕਰ ਤੁਸੀਂ ਘੱਟ ਪੈਸਿਆਂ ਦੇ ਵਿੱਚ ਆਪਣਾ ਗਾਣਾ ਰਿਕਾਰਡ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਖੁਦ ਗਾਣਾ ਲਿਖ ਸਕਦੇ ਹੋ ਤਾਂ ਕਿ ਤੁਹਾਨੂੰ ਰਾਈਟਰ ਨੂੰ ਪੈਸੇ ਨਾ ਦੇਣੇ ਪੈਣ ਉਸ ਤੋਂ ਪਹਿਲਾਂ ਤੁਹਾਨੂੰ ਵਧੀਆ ਲਿਰਿਕਸ ਦੀ ਪਹਿਚਾਣ ਹੋਣੀ ਜ਼ਰੂਰੀ ਹੈ ਕਿ ਅੱਜ ਕੱਲ ਕਿੱਦਾਂ ਦੇ ਲਿਰਿਕਸ ਚੱਲ ਰਹੇ ਨੇ ਤੁਸੀਂ ਟ੍ਰੈਂਡ ਦੇ ਹਿਸਾਬ ਨਾਲ ਵੀ ਲਿਰਿਕਸ ਚੂਜ਼ ਕਰ ਸਕਦੇ ਹੋ ਤੇ ਜਿੱਦਾਂ ਦਾ ਮਾਹੌਲ ਜਿਸ ਜਗ੍ਹਾ ਤੇ ਚੱਲ ਰਿਹਾ ਹੋਵੇ ਉਦਾਂ ਦੇ ਗਾਣੇ ਲੋਕ ਜ਼ਿਆਦਾ ਪਸੰਦ ਕਰਦੇ ਨੇ ਸੋ ਹੁਣ ਤੁਸੀਂ ਲਿਰਿਕਸ ਵੀ ਚੁਣ ਲਏ ਤੇ ਤੁਸੀਂ ਡਿਸਾਈਡ ਕਰ ਲਿਆ ਕਿ ਇਹ ਵਾਲਾ ਗਾਣਾ ਰਿਕਾਰਡ ਕਰਵਾਉਣਾ ਹੈ ਇਸ ਤੋਂ ਬਾਅਦ ਤੁਸੀਂ ਕਿਸੇ ਨੂੰ ਵੀ ਪੁੱਛੋਗੇ ਤਾਂ ਸਾਰੇ ਕਹਿਣਗੇ ਕਿ ਤੁਸੀਂ ਵੱਡੇ ਵੱਡੇ ਮਿਊਜ਼ਿਕ ਡਾਇਰੈਕਟਰ ਕੋਲ ਜਾਓ ਜਿਨ੍ਹਾਂ ਦਾ ਆਲਰੇਡੀ ਮਾਰਕੀਟ ਦੇ ਵਿੱਚ ਵਧੀਆ ਨਾਮ ਚੱਲ ਰਿਹਾ ਹੈ ਪਰ ਉਹਨਾਂ ਦਾ ਬਜਟ ਬਹੁਤ ਜ਼ਿਆਦਾ ਹੁੰਦਾ ਹੈ ਇੱਕ ਐਸਟੀਮੇਟ ਲਾ ਕੇ ਦੇਖੀਏ ਤਾਂ 50 ਤੋਂ 60 70 ਹਜ਼ਾਰ ਤੱਕ ਉਹਨਾਂ ਦਾ ਗਾਣਾ ਰਿਕਾਰਡ ਕਰਾਉਣ ਦਾ ਬਜਟ ਹੁੰਦਾ ਹੈ ਹੁਣ ਇੱਥੇ ਤੁਸੀਂ ਇਹ ਕਰ ਸਕਦੇ ਹੋ ਕਿ ਕਿਸੇ ਲੋਕਲ ਮਿਊਜ਼ਿਕ ਪ੍ਰੋਡਿਊਸਰ ਕੋਲ ਜਾਓ ਤੇ ਉਹਦੇ ਤੋਂ ਗਾਣਾ ਰਿਕਾਰਡ ਕਰਵਾਓ ਤੁਸੀਂ ਵੇਖਿਆ ਹੋਣਾ ਕਿ ਪੰਜਾਬ ਦੇ ਵਿੱਚ ਵੀ ਹਰ ਦੂਜਾ ਬੰਦਾ ਆਪਣਾ ਸਟਾਰਟਅਪ ਸ਼ੁਰੂ ਕਰ ਰਿਹਾ ਹੈ ਮਿਊਜ਼ਿਕ ਇੰਡਸਟਰੀ ਦੇ ਵਿੱਚ ਤੇ ਹਰ ਦੂਜਾ ਬੰਦਾ ਆਪਣਾ ਮਿਊਜ਼ਿਕ ਸਟੂਡੀਓ ਓਪਨ ਕਰ ਰਿਹਾ ਹੈ ਜੇਕਰ ਤੁਸੀਂ ਕਿਸੇ ਲੋਕਲ ਮਿਊਜ਼ਿਕ ਡਾਇਰੈਕਟਰ ਕੋਲ ਜਾਓਗੇ ਆਪਣਾ ਗਾਣਾ ਰਿਕਾਰਡ ਕਰਵਾਉਣ ਲਈ ਪਹਿਲੀ ਗੱਲ ਤਾਂ ਉਹ ਤੁਹਾਡੇ ਕੋਲੋਂ ਘੱਟ ਤੋਂ ਘੱਟ ਪੈਸੇ ਮੰਗੂਗਾ ਉਹ ਕਿੰਨਾ ਬਜਟ ਮੰਗ ਸਕਦਾ ਇਹਦੇ ਤੇ ਵੀ ਗੱਲ ਕਰਦੇ ਹਾਂ ਪਰ ਪਹਿਲਾਂ ਗੱਲ ਕਰਦੇ ਹਾਂ ਕਿ ਇਸ ਨਾਲ ਤੁਹਾਨੂੰ ਫਾਇਦਾ ਕੀ ਹੋਊਗਾ ਦੇਖੋ ਇਸ ਨਾਲ ਤੁਹਾਨੂੰ ਤਾਂ ਫਾਇਦਾ ਹੋਊਗਾ ਹੀ ਤੁਹਾਡਾ ਗਾਣਾ ਰਿਕਾਰਡ ਹੋ ਜਾਊਗਾ ਤੇ ਉਸ ਮਿਊਜ਼ਿਕ ਡਾਇਰੈਕਟਰ ਨੂੰ ਵੀ ਜ਼ਿਆਦਾ ਫਾਇਦਾ ਹੋਊਗਾ ਜੇਕਰ ਕੋਈ ਆਪਣਾ ਨਵਾਂ ਕੰਮ ਸ਼ੁਰੂ ਕਰਦਾ ਤਾਂ ਉਹ ਇਹੀ ਚਾਹੁੰਦਾ ਕਿ ਉਹਦੇ ਕੋਲ ਵੱਧ ਤੋਂ ਵੱਧ ਕਲਾਇੰਟਸ ਆਉਣ ਤੇ ਉਹ ਕਿਸੇ ਨੂੰ ਖਾਲੀ ਵੀ ਨਹੀਂ ਮੋੜਦਾ ਤੁਸੀਂ ਕਿਸੇ ਲੋਕਲ ਕੋਲ ਜਾਂ ਆਪਣੇ ਯਾਰ ਦੋਸਤ ਕੋਲ ਜਾਓਗੇ ਜਿਹੜਾ ਕਿ ਇੱਕ ਮਿਊਜ਼ਿਕ ਡਾਇਰੈਕਟਰ ਹੈ ਤਾਂ ਆਈ ਐਮ ਸ਼ੋਰ ਕਿ ਉਹਨਾਂ ਨੇ ਤੁਹਾਡੇ ਬਜਟ ਦੇ ਵਿੱਚ ਗਾਣਾ ਕਰ ਦੇਣਾ ਤੇ ਤੁਹਾਡਾ ਗਾਣਾ 3 ਤੋਂ 4000 ਜ਼ਿਆਦਾ ਤੋਂ ਜ਼ਿਆਦਾ 5000 ਤੱਕ ਹੋ ਜਾਣਾ ਇਸ ਦੇ ਵਿੱਚ ਤੁਹਾਨੂੰ ਦੋਨਾਂ ਨੂੰ ਫਾਇਦਾ ਇਹ ਹੋਊਗਾ ਕਿ ਉਸ ਨੂੰ ਵੀ ਜ਼ਿਆਦਾ ਸਪੋਰਟ ਮਿਲੂਗੀ ਜੇਕਰ ਤੁਹਾਡਾ ਗਾਣਾ ਕੱਲ ਨੂੰ ਹਿੱਟ ਹੁੰਦਾ ਹੈ ਪਰ ਜੇਕਰ ਤੁਸੀਂ 3 ਤੋਂ 4000 ਰੁਪਇਆ ਵੀ ਨਹੀਂ ਲਾਉਣਾ ਤਾਂ ਇੱਕ ਇਸ ਤੋਂ ਵੀ ਸੌਖੀ ਟ੍ਰਿਕ ਹੈ ਤੁਸੀਂ YouTube ਤੇ ਟਿਊਟੋਰੀਅਲਸ ਦੇਖ ਸਕਦੇ ਹੋ ਕਿ ਆਪਣੇ ਘਰੇ ਮਿਊਜ਼ਿਕ ਕਿੱਦਾਂ ਰਿਕਾਰਡ ਕਰ ਸਕਦੇ ਹਾਂ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਇਹਦੇ ਲਈ ਬਹੁਤ ਐਕਸਪੈਂਸਿਵ ਚੀਜ਼ਾਂ ਦੀ ਲੋੜ ਹੁੰਦੀ ਹੈ ਪਰ ਇਦਾਂ ਦਾ ਕੁਝ ਨਹੀਂ ਹੈ ਤੁਸੀਂ ਆਪਣੇ ਮੋਬਾਈਲ ਤੋਂ ਵੀ ਗਾਣਾ ਰਿਕਾਰਡ ਕਰ ਸਕਦੇ ਹੋ ਇਹ ਗੱਲ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਜਿਹੜੀ ਸਿੰਧੂ ਮੂਸੇਵਾਲਾ ਬਾਈ ਦੀ ਵਾਰ ਜਿਹੜੀ ਉਹਨਾਂ ਦੇ ਜਾਣ ਤੋਂ ਬਾਅਦ ਰਿਲੀਜ਼ ਹੋਈ ਸੀ ਇਹ ਵੀ ਉਹਨਾਂ ਨੇ ਮੋਬਾਈਲ ਦੇ ਵਿੱਚ ਰਿਕਾਰਡ ਕਰਕੇ ਰੱਖੀ ਹੋਈ ਸੀ ਇਹਦੇ ਵਿੱਚ ਸਿੰਧੂ ਮੂਸੇਵਾਲਾ ਬਾਈ ਦੀ ਆਵਾਜ਼ ਦਾ ਕਮਾਲ ਤਾਂ ਹੈ ਹੀ ਪਰ ਇਹਨੂੰ ਚਾਰ ਚੰਨ ਲਾਏ ਨੇ ਮਿਊਜ਼ਿਕ ਨੇ ਮੈਂ ਇਹ ਨਹੀਂ ਕਹਿ ਰਿਹਾ ਕਿ ਆਪਾਂ ਸਿੰਧੂ ਬਾਈ ਦੇ ਰੀਸ ਕਰ ਸਕਦੇ ਹਾਂ ਜਾਂ ਉਹਨਾਂ ਦੇ ਵਰਗਾ ਗਾਣਾ ਕਰ ਸਕਦੇ ਹਾਂ ਇੱਥੇ ਮੇਰੇ ਸਮਝਾਉਣ ਦਾ ਮਤਲਬ ਇਹ ਹੈ ਕਿ ਆਪਾਂ ਇੱਕ ਮੋਬਾਈਲ ਦੇ ਨਾਲ ਗਾਣਾ ਰਿਕਾਰਡ ਕਰਵਾ ਕੇ ਉਸ ਆਵਾਜ਼ ਨੂੰ ਮਿਕਸਿੰਗ ਐਂਡ ਮਾਸਟਰਿੰਗ ਵਿੱਚ ਆਪਾਂ ਕਲੀਅਰ ਕਰ ਸਕਦੇ ਹਾਂ ਤੇ ਇੱਕ ਵਧੀਆ ਮਿਊਜ਼ਿਕ ਤਿਆਰ ਕਰਵਾ ਸਕਦੇ ਹਾਂ ਸੋ ਇੱਥੇ ਇਹ ਗੱਲ ਗਲਤ ਸਾਬਿਤ ਹੁੰਦੀ ਹੈ ਜਿਹੜੇ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਐਕਸਪੈਂਸਿਵ ਚੀਜ਼ਾਂ ਦੀ ਲੋੜ ਹੁੰਦੀ ਹੈ ਇੱਕ ਗਾਣਾ ਰਿਕਾਰਡ ਕਰਵਾਉਣ ਵਾਸਤੇ ਸੋ ਹੁਣ ਤੁਸੀਂ ਕਿਸੇ ਲੋਕਲ ਮਿਊਜ਼ਿਕ ਡਾਇਰੈਕਟਰ ਤੋਂ ਗਾਣਾ ਰਿਕਾਰਡ ਕਰਵਾ ਲਿਆ ਜਾਂ ਫਿਰ ਤੁਸੀਂ ਖੁਦ ਸਿੱਖ ਕੇ ਆਪਣੇ ਘਰੇ ਰਿਕਾਰਡ ਕਰ ਲਿਆ ਇਸ ਤੋਂ ਬਾਅਦ ਗਾਣੇ ਨੂੰ ਹਿੱਟ ਕਰਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਵੀਡੀਓ ਦਾ ਵੀ ਹੁੰਦਾ ਹੈ ਤੇ ਜੇਕਰ ਤੁਸੀਂ ਆਪਣਾ ਗਾਣਾ ਰਿਕਾਰਡ ਵਧੀਆ ਤਰੀਕੇ ਨਾਲ ਕਰਵਾ ਲਿਆ ਪਰ ਉਹਨੂੰ ਸਿੱਧਾ ਆਡੀਓ ਰਿਲੀਜ਼ ਕਰਵਾਤਾ ਤਾਂ ਉਹਦੇ ਵੀ ਬਹੁਤ ਘੱਟ ਚਾਂਸ ਹੁੰਦੇ ਨੇ ਕਿ ਤੁਹਾਡਾ ਗਾਣਾ ਹਿੱਟ ਹੋ ਜਾਵੇ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਸਾਰੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਲੋਕ ਗਾਣੇ
शूट भी कर सकते हो। काफी लोकेशन इदा दुनिया ने जिड़िया बहुत वधिया होंदिया ने सिर्फ गाने शूट करने वास्ते ही बनाई गई होंगे ने पर वास्ते अपन पे करना पैंता है पर तुम फ्री की लोकेशन लभ के उ गाना शूट करवा सकते हो तो ये थानू किसी वे कैमरे की जरूरत नहीं तुम अपने स्मार्टफोन नाल भी वधिया वीडियो शूट कर सकते हो। इस चीज़ के भी बहुत सारे एग्जाम्पल ने कि अवार्ड विनिंग फिल्म सिर्फ एक स्मार्टफोन तो ही शूट हुई हुई पे तो बहुत सारे गाने स्मार्टफोन तो शूट होंगे जेडे अपन फील भी नहीं होने देंगे कि DSLR शूट हो या फिर मोबाइल के नाल फिर कईयों को एक कन्फ्यूजन भी बहुत ज्यादा होंगी है कि गाना रिलीज कितने करिए ये भी अपने को दो ऑप्शन होंगे ने कि किसी वड्डी कंपनी तो गाना रिलीज करवाइए ताकि ज्यादा तो ज्यादा ऑडियंस तक गाना पहुंच सके तो दूजा ऑप्शन यह भी होंगे कि तुम अपना खुद का प्लेटफॉर्म बनाओ यानी कि यूट्यूब चैनल से अपने गाने अपलोड करो पर जेकर तुम अपने 100-150 सब्सक्राइबर्स से गाना अपलोड करोगे तो वह व्यूज भी बहुत घट हो तो तुम भी इस चीज के डीमोटिवेट हो जाओगे पर मेरा सुझाव तो यही है कि तुम दूजा ऑप्शन ही चूज करो क्योंकि जोड़ा पहला ऑप्शन है जेकर तुम वड्डी कंपनी के नाल गाना रिलीज करवाया यह गाना ज्यादा तो ज्यादा ऑडियंस तक तो पहुंच जाऊगा पर जी नवी ऑडियंस बनूगी वह उन्होंने चैनल की होगी तो ये नुकसान भी होगा तो फायदा भी होगा। फायदा यह होगा कि गाना ज्यादा तो ज्यादा ऑडियंस तक पहुंच जाऊगा पर नुकसान यह होगा कि जी नवी ऑडियंस बनूगी तुहाडे गाने नूं देख के उहदे नाल तुहानूं कोई भी फायदा नहीं होना उहदे नाल फायदा होगा उस चैनल नूं जेकर तुसीं अपने खुद के प्लेटफॉर्म से ही रिलीज करते हो गाना तो इहदे नाल तुहानूं काफ़ी सारे फायदे हो सकते हैं। एक तो जी नवी ऑडियंस होगी वह तुहाडे खुद के प्लेटफॉर्म से आऊगी तो तुहाडा जदों भी नैक्सट गाना आऊगा या कोई भी प्रोजेक्ट करोगे तो वह तुहाडी जेन्युइन ऑडियंस होगी तो वह तुहाडा प्रोजेक्ट जरूर देखोगी। तुसीं गूगल एडसेंस के थ्रू भी गाने नूं ज्यादा तो ज्यादा ऑडियंस तक पहुंचा सकते हो। इहदे विच इह होगा कि तुसीं टारगेट ऑडियंस तक अपना गाना पहुंचा सकते हो तो जेकर तुहाडा गाना उहनां नूं वधिया लगता है तो वह तुहाडा चैनल जरूर सबसक्राइब करेंगे। जेकर तुहानूं इह वीडियो भी वधिया लग रही है तो तुसीं इस चैनल नूं भी सबसक्राइब कर सकते हो। कोई तरीका है भीख मांगने का? तुहानू एदे विच अगला फायदा यह हो सकता है कि जेकर तुहाडा चैनल मोनेटाइज हो गया जिस तों बाद तुसी अपने ही प्लेटफॉर्म ते गाने अपलोड करके तुसी अर्निंग भी कर सकते हो। एदे विच तां आपां गाना रिकॉर्ड करवाउण दी गल कीती उह वी घट बजट दे विच पर जेकर तुसी जिंदगी च कोई भी काम करना चाहुंदे हो तां उहदे लई मेहनत सब तों ज्यादा जरूरी है। इस वीडियो दे विच भी जिन्ने भी स्टैप दसे उह वी सारे मेहनत करके ही आपां अचीव कर सकते हैं। आपां सारे जाणदे हां कि जेकर आपां गलती करदे जावांगे तां आपणा काम होर वी ज्यादा परफेक्ट हुंदा जाऊगा। सो हमेशा मेहनत करदे रहना चाहीदा ते अपनी गलतियां तों सीख के अगे वधना चाहीदा। मैनूं पता है इस वीडियो ਵਿੱਚ ਵੀ ਕਾਫੀ ਕੁਝ ਰਹਿ ਗਿਆ ਹੋਣਾ ਪਰ ਇੱਕ ਬੇਸਿਕ ਤਰੀਕਾ ਦੱਸਿਆ ਮੈਂ ਇੱਕ ਗਾਣੇ ਨੂੰ ਰਿਕਾਰਡ ਕਰਨ ਦੇ ਕੀ ਸਟੈਪ ਹੁੰਦੇ ਨੇ। ਇਸ ਚੈਨਲ ਤੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਹੋ। ਇਸ ਵੀਡੀਓ 'ਚ ਇੰਨਾ ਹੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਹਾਂ ਅਗਲੀ ਵੀਡੀਓ 'ਚ।